ਜੇਕਰ ਅੱਜ ਦੇ ਸਮੇਂ ਅੰਦਰ ਸਕੂਲਾਂ ਦੀ ਗੱਲ ਕਰੀਏ ਤਾਂ ਦੇਸ਼ ਅਤੇ ਵਿਦੇਸ਼ ਵਿੱਚ ਪੜ੍ਹਾਈ ਅਤੇ ਸ਼ਾਨ ਦਾ ਦਿੱਖ ਪਾਸੋਂ ਬੜੇ ਹੀ ਵੱਡੇ ਵੱਡੇ ਸਕੂਲ ਹਨ। ਪਰ ਜੇਕਰ ਗੱਲ ਸੂਬੇ ਪੰਜਾਬ ਦੇ ਇੱਕ ਪਿੰਡ ਢਾਣੀ ਦੇ ਸਰਕਾਰੀ ਸਕੂਲ ਦੀ ਹੋਵੇ ਤਾਂ ਜ਼ਰੂਰ ਇਸ ਵਿੱਚ ਕੁਝ ਅਜਿਹਾ ਖਾਸ ਹੈ ਜੋ ਕਿ ਅੱਜ ਇਹ ਸਕੂਲ ਹੋਰਨਾਂ ਸਕੂਲਾਂ ਲਈ ਮਿਸਾਲ ਬਣ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਢਾਣੀ ਅਮਰ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ, ਜਿਸ ਨੂੰ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਵੀ ਮਿਲਿਆ ਹੈ। ਜ਼ਿਲ੍ਹਾ ਫਾਜ਼ਿਲਕਾ ਤੋਂ ਕਰੀਬ 43 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਚੰਨਨ ਖੇੜਾ ਦੇ ਢਾਣੀ ਅਮਰ ਸਿੰਘ ਦਾ ਸਰਕਾਰੀ ਪ੍ਰਾਇਮਰੀ ਸਕੂਲ, ਜਿਸ ਨੇ ਅੱਜ ਕੇਵਲ ਜ਼ਿਲ੍ਹੇ ਅੰਦਰ ਹੀ ਨਹੀਂ ਸਗੋਂ ਸੂਬਾ ਪੰਜਾਬ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸਕੂਲ ਦੇ ਚਰਚੇ ਸੋਸ਼ਲ ਮੀਡੀਆ ਰਾਹੀਂ ਵੀ ਵਿਦੇਸ਼ਾਂ ਤੱਕ ਪੁੱਜੇ ਹਨ। ਵੱਖਰੀ ਪਹਿਚਾਣ ਦਾ ਕਾਰਨ ਸਕੂਲ ਨੂੰ ਦਿੱਤੀ ਗਈ ਨਿਵੇਕਲੀ ਦਿੱਖ ਹੈ। ਪਹਿਲੀ ਨਜ਼ਰ 'ਚ ਇਸ ਸਕੂਲ ਨੂੰ ਦੇਖ ਕੇ ਹਰ ਕੋਈ ਇਸ ਨੂੰ ਨਿੱਜੀ ਸਕੂਲ ਹੀ ਸਮਝਦਾ ਹੈ, ਪਰ ਸਕੂਲ ਦੇ ਗੇਟ ਉੱਪਰ ਲੱਗਿਆ ਸਰਕਾਰੀ ਪ੍ਰਾਇਮਰੀ ਸਕੂਲ ਦਾ ਬੋਰਡ ਇਸ ਭੁਲੇਖੇ ਨੂੰ ਦੂਰ ਕਰਦਾ ਹੈ। ਸਕੂਲ ਦੀ ਚਾਰ ਦੀਵਾਰੀ ਉੱਪਰ ਕਲਾਕਾਰੀ ਰਾਹੀਂ ਦਿੱਤੇ ਗਏ ਸੁਨੇਹੇ ਅਤੇ ਸਕੂਲ ਦੇ ਅੰਦਰ ਦੀਆਂ ਕੰਧਾਂ ਉੱਪਰ ਵੀ ਰੰਗ ਬਿਰੰਗੇ ਰੰਗਾਂ ਨਾਲ ਪੇਂਟ ਕੀਤੀ ਗਈ ਪੇਂਟਿੰਗਾਂ ਸੁੰਦਰਤਾ ਵਧਾਉਣ ਦੇ ਨਾਲ ਨਾਲ ਸਕੂਲ 'ਚ ਰੱਖੀ ਗਈ ਹਰ ਇੱਕ ਚੀਜ਼ ਬੱਚਿਆਂ ਨੂੰ ਸਿੱਖਿਆ ਹੀ ਦਿੰਦੀ ਹੈ। ਇੱਕ ਪਾਸੇ ਜਿੱਥੇ ਦੀਵਾਰਾਂ ਉੱਪਰ ਚਿੱਤਰਕਾਰੀ ਰਾਹੀਂ ਬੱਚਿਆਂ ਨੂੰ ਸਿੱਖਿਆ ਨਾਲ ਸੰਬੰਧਿਤ ਸਮੱਗਰੀ ਪੜ੍ਹਨ ਨੂੰ ਮਿਲਦੀ ਹੈ, ਉੱਥੇ ਹੀ ਪਾਰਕ ਵਿੱਚ ਰੱਖੇ ਗਏ ਰੰਗਦਾਰ ਪੱਥਰਾਂ ਤੋਂ ਵੀ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਪੱਥਰਾਂ ਉੱਪਰ ਦੇਸ਼ ਦੇ ਸ਼ਹੀਦਾਂ ਬਾਰੇ ਜ਼ਰੂਰੀ ਗੱਲਾਂ ਉਕੇਰੀਆਂ ਗਈਆਂ ਹਨ ਤਾਂ ਪੱਥਰ ਨਾਲ ਬਣਾਏ ਨਕਸ਼ਿਆਂ ਤੋਂ ਬੱਚੇ ਦੇਸ਼ ਦੇ ਸੂਬਿਆਂ ਬਾਰੇ ਅਤੇ ਪੰਜਾਬ ਦੇ ਜ਼ਿਲ੍ਹਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਬੱਚੇ ਖੇਡਦੇ ਹੋਏ ਵੀ ਪੱਥਰਾਂ, ਦਰਖਤਾਂ, ਬੂਟਿਆਂ ਤੋਂ ਕੁਝ ਨਾ ਕੁਝ ਸਿੱਖ ਰਹੇ ਹਨ, ਜੋ ਸਿੱਖਿਆ ਦੇ ਖੇਤਰ 'ਚ ਬਦਲਾਅ ਦੀ ਪਹਿਲੀ ਪੌੜੀ ਕਹੀ ਜਾ ਸਕਦੀ ਹੈ। ਸਕੂਲ ਵਿੱਚ ਦੋ ਹੀ ਅਧਿਆਪਕ ਹਨ ਜੋ ਕਿ ਪਤੀ ਪਤਨੀ ਹਨ, ਜਿਨ੍ਹਾਂ ਦੇ ਜਨੂੰਨ, ਮਿਹਨਤ ਅਤੇ ਕੋਸ਼ਿਸ਼ ਨੇ ਅੱਜ ਜਿੱਥੇ ਸਕੂਲ ਦਾ ਨਾਂ ਸੂਬਾ ਪੱਧਰ ਤੇ ਰੋਸ਼ਨ ਕੀਤਾ ਹੈ, ਉੱਥੇ ਹੀ ਸਕੂਲ ਅਤੇ ਦੋਵੇਂ ਅਧਿਆਪਕ ਸੂਬੇ ਦੇ ਹੋਰਨਾਂ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਲਈ ਇੱਕ ਮਿਸਾਲ ਬਣੇ ਹਨ। ਅਧਿਆਪਕ ਨਰੇਸ਼ ਕੁਮਾਰ ਅਤੇ ਇਹਨਾਂ ਦੀ ਪਤਨੀ ਨੀਤਾ ਨੇ ਇਸ ਸਕੂਲ ਦਾ ਚਾਰਜ ਸਾਲ 2006 ਵਿੱਚ ਸੰਭਾਲਿਆ ਸੀ। ਤਦ ਸਕੂਲ ਦੇ ਹਾਲਾਤ ਕਾਫੀ ਖਰਾਬ ਸਨ ਅਤੇ ਆਸੇ ਪਾਸੇ ਜੰਗਲ ਸੀ। ਪਹਿਲਾਂ ਢਾਣੀ ਦੇ ਬੱਚੇ ਸ਼ਹਿਰ ਦੇ ਨਿੱਜੀ ਸਕੂਲਾਂ ਵਿੱਚ ਜਾਂਦੇ ਸਨ, ਪਰ ਅੱਜ ਢਾਣੀ ਸਣੇ ਨੇੜਲੇ ਪਿੰਡਾਂ ਦੇ ਬੱਚੇ ਵੀ ਇਸ ਸਕੂਲ ਵਿੱਚ ਆਉਂਦੇ ਹਨ। ਮਿਡ ਡੇ ਮੀਲ ਦਾ ਖਾਣਾ ਬੱਚਿਆਂ ਨੂੰ ਡਾਇਨਿੰਗ ਟੇਬਲ ਤੇ ਪਰੋਸਿਆ ਜਾਂਦਾ ਹੈ। ਢਾਣੀ ਦੇ ਵਸਨੀਕ ਕੰਵਰਜੀਤ ਸਿੰਘ ਕਹਿੰਦੇ ਹਨ ਕਿ ਸਕੂਲ ਅਧਿਆਪਕ ਦੀ ਮਿਹਨਤ ਸਦਕਾ ਅੱਜ ਇਹ ਸਕੂਲ ਹੋਰਨਾਂ ਸਕੂਲਾਂ ਲਈ ਇੱਕ ਉਦਾਹਰਣ ਬਣ ਕੇ ਉਭਰਿਆ ਹੈ। ਅਸੀਂ ਢਾਣੀ ਅਮਰ ਸਿੰਘ ਦੇ ਰਹਿਣ ਵਾਲੇ ਹਾਂ। ਇਹ ਸਕੂਲ ਜਿਹੜਾ ਸਾਡਾ ਇੱਕ ਢਾਣੀ ਅਮਰ ਸਿੰਘ ਦੇ ਇੱਥੇ ਜੋ ਕਿ ਇਹ ਸਰ ਨਰੇਸ਼ ਸਰ ਆਏ ਸੀਗੇ 2006 'ਚ। ਉਸ ਤੋਂ ਪਹਿਲਾਂ ਸਾਡੇ ਕੋਈ ਸਕੂਲ 'ਚ ਇੰਨਾ ਜ਼ਿਆਦਾ ਡਿਵੈਲਪਮੈਂਟ ਨਹੀਂ ਸੀ, ਬਟ ਇਹਨਾਂ ਨੇ ਆਣ ਕੇ ਸਕੂਲ ਦਾ ਇਹ ਜਿਹਾ ਸਕੂਲ ਨੂੰ ਨਿਖਾਰਿਆ ਕਿ ਹੋਰਨਾਂ ਸਰਕਾਰੀ ਸਕੂਲਾਂ ਵਾਸਤੇ ਵੀ ਇਹ ਸਕੂਲ ਇੱਕ ਉਦਾਹਰਣ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਸਕੂਲ ਨੂੰ ਇਹਨਾਂ ਨੇ ਪਾਰਕ ਨਾਲ ਸਾਡੇ ਢਾਣੀ ਵਾਲਿਆਂ ਦਾ ਵੀ ਸੰਯੋਗ ਸੀਗਾ, ਇਹਨਾਂ ਦੀ ਬਦੌਲਤ ਇਹ ਪਾਰਕ ਸਾਨੂੰ ਬਣਾਇਆ ਗਿਆ ਜਿੱਥੇ ਸਾਡੇ ਸਾਰੇ ਢਾਣੀ ਦੇ ਮੁੰਡੇ ਯੰਗ ਐਂਡ ਜੋ ਵੀ ਓਲਡ ਨੇ ਸਭੀ ਇੱਥੇ ਆਣ ਕੇ ਅਖਬਾਰ ਪੜ੍ਹਦੇ ਨੇ। ਸੋ ਇਸ ਲਈ ਅਸੀਂ ਤਾਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਲੋਕ ਕਹਿੰਦੇ ਨੇ ਵੀ ਸਰਕਾਰੀ ਸਕੂਲ ਮਾੜੇ ਨੇ, ਉਹਨਾਂ ਵਾਸਤੇ ਸਾਡਾ ਢਾਣੀ ਅਮਰ ਸਿੰਘ ਸਕੂਲ ਜਿਹੜਾ ਇੱਕ ਉਦਾਹਰਣ ਦੇ ਤੌਰ 'ਤੇ ਆ। ਬਲਰਾਜ ਸਿੰਘ ਦਾ ਕਹਿਣਾ ਹੈ ਕਿ ਸਕੂਲ ਵਿੱਚ ਮੁੱਢਲੀਆਂ ਹਰੇਕ ਸਹੂਲਤਾਂ ਹਨ, ਬਿਜਲੀ ਕੱਟ ਦੌਰਾਨ ਇਨਵਰਟਰ ਆਦਿ ਦੀ ਵੀ ਸਹੂਲਤ ਹੈ। ਇੱਥੇ ਜੀ ਮੁੱਢਲੀਆਂ ਸਹੂਲਤਾਂ ਦੀ ਗੱਲ ਕਰੀਏ ਜੇ ਬੇਸਿਕ ਆਪਾਂ ਸ਼ੁਰੂ ਤੋਂ ਲੈ ਕੇ ਜੋ ਲੋੜ ਹੁੰਦੀ ਬੱਚੇ ਨੂੰ
ਉਹਦੇ ਮੁਕਾਬਲੇ ਦੂਸਰੇ ਹੋਰਨਾਂ ਸਕੂਲਾਂ ਦੇ ਇਹ ਸਕੂਲ ਦੇ ਵਿੱਚ ਇਹ ਖਾਸੀਅਤ ਹੈ ਕਿ ਜਿਹੜਾ ਮਤਲਬ ਕਿ ਸਰਕਾਰ ਵੱਲੋਂ ਕੁਛ ਤਾਂ ਪਹਿਲਾਂ ਫੰਡਾਂ ਦੀ ਕਮੀ ਹੁੰਦੀ ਸੀ, ਪਰ ਜੇਕਰ ਫੰਡ ਆਉਂਦੇ ਸੀ ਤਾਂ ਮਤਲਬ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਨ ਵਾਸਤੇ ਮਤਲਬ ਕਿ ਲਗਨ ਦੀ ਇੱਕ ਜ਼ਰੂਰਤ ਹੁੰਦੀ ਸੀ ਜੀ। ਉਹ ਸਰ ਮਤਲਬ ਕਿ ਜਿਹੜੇ ਸਾਡੇ ਇਸ ਡਿਊਟੀ ਸੀ ਜਿਹੜੀ ਇਹਨਾਂ ਦੀ ਨਾਲ ਇਲਾਕਾ ਨਿਵਾਸੀਆਂ ਦਾ ਸੰਯੋਗ ਸੀ, ਉਹਦੇ ਕਰਕੇ ਮੁੱਢਲੀਆਂ ਸਹੂਲਤਾਂ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਵੀ ਇੱਕ ਕੰਪਿਊਟਰ, ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਹੈ ਜੀ, ਇਹਦੇ ਕਰਕੇ ਵੀ ਕੰਪਿਊਟਰ ਵੀ ਇੱਥੇ ਹੈਗਾ ਜੀ, ਇਨਵਰਟਰ ਦੀ ਸਹੂਲਤ ਹੈ ਜੀ, ਤਕਰੀਬਨ ਲਾਈਟ ਵੀ ਇੱਥੇ ਤਕਰੀਬਨ ਜੇ ਕੱਟ ਹੁੰਦਾ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਬੱਚੇ ਨੂੰ। ਸਕੂਲ ਇੰਚਾਰਜ ਨਰੇਸ਼ ਕੁਮਾਰ ਕੰਬੋਜ ਦੱਸਦੇ ਹਨ ਕਿ ਜਦ ਉਹਨਾਂ ਨੇ ਸਕੂਲ ਦਾ ਚਾਰਜ ਸੰਭਾਲਿਆ ਤਾਂ ਉਦੋਂ ਮੁੱਢਲੀਆਂ ਸਹੂਲਤਾਂ ਦੀ ਕਾਫੀ ਘਾਟ ਸੀ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਇਸ ਸਕੂਲ ਵਿੱਚ ਹਰ ਨਿੱਜੀ ਸਕੂਲ ਵਾਲੀਆਂ ਸਹੂਲਤਾਂ ਹਨ। ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਦਾ ਸਮਾਨ ਨਹੀਂ ਹੁੰਦਾ, ਪਰ ਉਹਨਾਂ ਨੇ ਨਿੱਜੀ ਤੌਰ ਤੇ ਬੱਚਿਆਂ ਲਈ ਇਹ ਸਮਾਨ ਉਪਲਬਧ ਕਰਵਾਇਆ ਸੀ। ਉਹਨਾਂ ਨੇ ਕਿਹਾ ਕਿ ਅੱਜ ਕੱਲ ਕੁਝ ਬੱਚੇ ਕਿਤਾਬੀ ਸਿਲੇਬਸ ਤੋਂ ਬੋਰੀਅਤ ਮਹਿਸੂਸ ਕਰਦੇ ਹਨ, ਇਸ ਲਈ ਉਹਨਾਂ ਨੇ ਬੱਚਿਆਂ ਨੂੰ ਮਨੋਰੰਜਕ ਕਿਰਿਆਵਾਂ ਰਾਹੀਂ ਤੇ ਪਲੇਵੇ ਮੈਥਡ ਰਾਹੀਂ ਪੱਥਰਾਂ ਉੱਪਰ, ਦਰਖਤਾਂ ਉੱਪਰ, ਪੁਰਾਣੇ ਖਰਾਬ ਪਲਾਸਟਿਕ ਦੇ ਡਰੰਮ ਉੱਪਰ ਅਤੇ ਕੰਧਾਂ ਪੇਂਟ ਕਰਕੇ ਦਿੱਤੀਆਂ ਹਨ, ਜਿਸ ਦਾ ਅਸਰ ਬੇਮਿਸਾਲ ਵੇਖਣ ਨੂੰ ਮਿਲਿਆ ਹੈ। ਬਤੌਰ ATT ਟੀਚਰ ਮੈਂ ਅਤੇ ਮੇਰੀ ਪਤਨੀ ਨੇ 1 ਜੁਲਾਈ 2006 ਨੂੰ ਇਸ ਸਕੂਲ ਵਿੱਚ ਜੁਆਇਨ ਕੀਤਾ ਸੀਗਾ। ਉਸ ਸਮੇਂ ਇਸ ਸਕੂਲ ਵਿੱਚ ਮੁੱਢਲੀਆਂ ਸਹੂਲਤਾਂ ਦੀ ਕਾਫੀ ਕਮੀ ਸੀਗੀ, ਤਾਂ ਪਿੰਡ ਵਾਲਿਆਂ ਦੀ ਮਦਦ ਲੈ ਕੇ ਅੱਜ ਅਸੀਂ ਇਸ ਮੁਕਾਮ 'ਤੇ ਪਹੁੰਚ ਚੁੱਕੇ ਹਾਂ ਕਿ ਵੱਡੇ ਤੋਂ ਵੱਡੇ ਸ਼ਹਿਰ ਦੇ ਵੱਡੇ ਤੋਂ ਵੱਡੇ ਸਕੂਲ ਵਿੱਚ ਜੋ ਸਹੂਲਤਾਂ ਮੌਜੂਦ ਹੁੰਦੀਆਂ ਹਨ ਉਹ ਇਸ ਸਕੂਲ, ਛੋਟੀ ਜਿਹੀ ਢਾਣੀ ਵਿੱਚ ਵੀ ਹੈਗਾ ਸਕੂਲ, ਫਿਰ ਵੀ ਇਸ ਸਕੂਲ ਵਿੱਚ ਉਹ ਸਾਰੀਆਂ ਸਹੂਲਤਾਂ ਉਪਲਬਧ ਹਨ, ਜਿਵੇਂ ਕਿ RO ਸਿਸਟਮ, ਮਿਡ ਡੇ ਮੀਲ ਖਾਣ ਲਈ ਬੱਚਿਆਂ ਲਈ ਡਾਇਨਿੰਗ ਟੇਬਲ, ਇਨਵਰਟਰ ਦਾ ਸਿਸਟਮ, ਹਰ ਤਰ੍ਹਾਂ ਦਾ ਫਰਨੀਚਰ, ਖੇਡਾਂ ਦਾ ਸਮਾਨ ਜੋ ਕਿ ਪ੍ਰਾਇਮਰੀ ਸਕੂਲਾਂ ਲਈ ਸ਼ਾਇਦ ਉਪਲਬਧ ਨਹੀਂ ਹੁੰਦਾ, ਉਹ ਵੀ ਅਸੀਂ ਆਪਦੇ ਲੈਵਲ 'ਤੇ ਇੱਥੇ ਉਪਲਬਧ ਕਰਵਾਇਆ ਹੋਇਆ ਹੈ। ਇਸ ਤੋਂ ਬਾਅਦ ਪਿੰਡ ਵਾਲਿਆਂ ਦਾ ਸਹਿਯੋਗ ਲੈ ਕੇ ਅਸੀਂ ਸਕੂਲ ਨੂੰ ਜਦੋਂ ਹਰ ਸਹੂਲਤ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਉਪਲਬਧ ਕਰਵਾ ਦਿੱਤੀਆਂ ਤਾਂ ਸਾਨੂੰ ਇੰਝ ਲੱਗਿਆ ਕਿ ਪਿੰਡ ਵਾਲਿਆਂ ਵਾਸਤੇ ਸਾਡਾ ਵੀ ਕੁਝ ਫਰਜ਼ ਬਣਦਾ। ਇਸੇ ਲੜੀ ਤਹਿਤ ਅਸੀਂ ਪਿੰਡ ਵਾਲਿਆਂ ਲਈ, ਸਾਹਮਣੇ ਲੋਕ ਰੂੜੀਆਂ ਸਿੱਟਦੇ ਸੀ ਸਕੂਲ ਦੇ, ਉਹਨਾਂ ਨੂੰ ਸਮਝਾ ਕੇ ਰੂੜੀਆਂ ਚੁਕਵਾ ਕੇ ਉੱਥੇ ਅਸੀਂ ਸ਼ਹੀਦ ਭਗਤ ਸਿੰਘ ਨਾਂ ਦਾ ਪਾਰਕ ਬਣਾਇਆ ਜਿੱਥੇ ਅੱਜ ਅਸੀਂ ਕੁੜੀਆਂ ਦੀ ਲੋਹੜੀ ਬਾਲਦੇ ਹਾਂ। ਅਤੇ ਉਸ ਤੋਂ ਬਾਅਦ ਲੋਕਾਂ ਦੀ ਇੱਕ ਸੋਚ ਵਿੱਚ ਚੰਗੀ ਬਦਲਾਅ ਆਇਆ ਹੈਗਾ ਕਿ ਲੋਕ ਕੁੜੀਆਂ ਨੂੰ ਵੀ ਪਸੰਦ ਕਰਨ ਲੱਗੇ ਹੈਗੇ।